السلام علیکم تمام دوستان و شاید میں سکون کا سلام اور میرے چینل جنہیں سبسکرائب نہیں کیتا اور مہربانی نوازش سارے دوست میرے چینل سبسکرائب کرن اور اج دا پارٹ 22 22 نمبر پارٹ لے کے حاضر ہویا تے جدے شاعر نے بہت ہی اچھے شاعر محمود وسوانا صاحب انہاں دا کلام لے کے حاضر ہویا انشاءاللہ امید کرنا تانوں پسند آئے گا سجن وفا اسی کملے کر اعتبار گئے تیرا کوئی نہ سجن وسائے کدی باہی محمود دیا ہارن گلدا اج آندے گلدا I'm gonna make it.
ਰੱਖਿਆ ਏ ਅਸਾਂ ਕਈਨੂੰ ਦਿਲ ਚ ਜਾ ਨਾ ਦਿੱਤੇ ਤੂੰ ਛੜਾ ਮਨ ਤਾਰੇ ਰੱਖਿਆ ਮਹਿਮੂਦ ਗਿਆ ਤੂੰ ਗੈਰ ਨੂੰ ਤਾਰੀ ਰੱਖਿਆ ਅਸਾਂ ਤਾਂ ਪਿੱਛੇ ਡੁੱਬੇ ਮਹਿਮੂਦ ਗਿਆ ਤੂੰ ਗੈਰ ਨੂੰ ਤਾਰੀ ਰੱਖੇ ਪੀਂਦੀ ਗਾਇਆ ਸੇ ਪੀਂਦੀ ਗਾਇਆ ਸੇ ਕੇ ਹੋਇਆ ਛੋੜ ਗਿਆ ਕੋਈ ਨਾ ਚੰਦ ਸੂਰੇ ਬੰਦੇ ਪਿਛਲੀਆਂ ਕੀਤੀਆਂ ਭੁੱਲ ਵੈਂਦੇ ਨੇ ਨਹੀਂ ਰਾਂਦੇ ਇੰਜ ਮਗਰੂ ਕਿਹੜੀ ਗੱਲ ਤੇ ਲੱਗ ਕੇ ਰੁਸਦਾ ਵਤਨ ਕਿਸ ਕੀਤਾ ਈ ਚੰਦ ਮਜਬੂਰ ਕਿਹੜੀ ਗੱਲ ਤੂੰ ਸੰਗਲ ਮਹਿਮੂਦ ਵਜਣਾ ਹੈ ਕਿਹੜਾ ਹੋ ਗਿਆ ਜੁਰਮ ਹਜ਼ੂਰ ਲੱਗਦਿਆਂ ਦੇ ਵਧਾ ਕੁਛ ਹੋਣੇ ਪਾਕ ਨਵੇਂ ਨਾਂ ਦੇ ਹੋਰੀ ਇਹ ਸੁਣਿਆ ਹੋਸ਼ਿਆ ਹੋਏ ਵੇਖ ਲੈ ਚੰਗ ਅਜਵਾ ਕੇ ਤੂੰ ਆਖਣਾ ਮਹਿਮੂਦ ਰਸਾਇਆ ਕਰ ਨਵੀਂ ਸੰਗਤ ਤੂੰ ਭਰਮ ਵਜਾ ਠੇਕੇਦਾਰ ਬਣਿਓ ਸਰ ਸੱਟ ਕੇ ਅੱਗੇ ਰੱਖੀ ਬੰਦੇ ਪਿੱਛੋਂ ਜਿਵੇਂ ਪਿੱਛੋਂ ਤਲਵਾਰ ਬਣਿਓ ਭਰਮ ਵੇਚ ਕੇ ਨਿਭੀਆਂ ਵੇਲੀਆਂ ਦਾ ਇਸ ਰੀਅਤ ਦਾ ਤੂੰ ਸਰਦਾਰ ਬਣਿਓ ਸਰ ਜਗ ਨਾਲ ਪਿਆਰ ਭਰੀ ਤੇਰੀ ਪਰ ਕਦੀ ਨਾ ਮਹਿਮੂਦ ਦਾ ਯਾਰ ਬਣਿਓ ਜਿਹੜੇ ਲੱਗਦੇ ਢੇਰ ਵੀ ਰਾਗੀਆਂ ਮੇਰੀ ਗੁਰਬਤ ਵੇਖ ਕੇ ਵਗ ਗਏ ਜਿਨ੍ਹਾਂ ਕਸਮਾਂ ਚਾਹੀਆਂ ਤੋੜਦੀਆਂ ਸਿਰ ਲਾਓ ਸੰਗਤ ਦੀ ਪੱਗ ਗਏ ਕਿਹੜੇ ਸਿੱਕਵੇ ਮਹਿਮੂਦ ਹੁਣ ਗਏ ਰਾਤੇ ਜਦੋਂ ਸੱਜਣੀ ਸੰਗਤ ਨੂੰ ਠਾਗੇ ਕਾਲਾ ਸਾਨੂੰ
ਬੈੜਾ ਮਹਿਮੂਦ ਹੋ ਗਿਆ ਨਾਉ ਲੈਂਦਾ ਸੱਜਣ ਸਲਾਮ ਬੰਗਲੇ ਫੂਨ ਹੋਵੇ ਸੱਜਣ ਤਨੇ ਸੱਟ ਦੇ ਜਿਹੜਾ ਸਖਤ ਕਾਨੂੰਨ